ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਿਆ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ 'ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ, ਆਪ ਬੀਜ ਆਪੇ ਹੀ ਖਾ। ਜ਼ਮੀਨ 'ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ, ਜੀਵਨ ਦੇ 'ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ, ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਅਤੇ ਖਾਣਾ ਪਏਗਾ। ਫਲ ਹੋ ਗਿਆ, ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ 'ਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ, ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ, ਜਿਸ ਕਰਮ ਨੂੰ ਮਨ ਨਾਲ ਕਰੀਏ। ਤੋ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜ੍ਹਾ ਜਿਹਾ ਧਿਆਨਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ,
ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਿਲ ਹੋਵੇ ਭਾਵੇਂ ਨਾ ਸ਼ਾਮਿਲ ਹੋਵੇ, ਜਦ ਤਾਂ ਤਨ ਨਾਲ ਸ਼ਾਮਿਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਿਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ ਮੈਨੂੰ ਕੀ ਪਤਾ, ਮੈਂ ਇੱਥੇ ਸਟੇਜ 'ਤੇ ਬੈਠਿਆ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਅਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ ਆ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਅਤੇ ਮਨ ਇਨਕਾਰੀ ਹੈ ਤਾਂ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ, ਸਮਾਜ ਚੰਗਾ ਚੰਗਾ ਆਖੇਗਾ, ਲੋਕ ਚੰਗਾ ਚੰਗਾ ਆਖਣਗੇ। ਸਮਾਜ ਦੇ 'ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਧੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਅਤੇ ਪਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇਂ। ਕਿਸ ਨੂੰ ਚੁਣਨਾ? ਮਨੁੱਖ ਦੀ ਤਾਂ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ 'ਚ ਹੈ। ਅਤੇ ਸਮਾਜ ਤਤ ਛਿੰਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਦੇ 'ਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ, ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ। ਇਸ ਸ਼ੁਭ ਕ੍ਰਿਤ ਦੇ ਅੰਦਰ ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ੍ਹ ਰਿਹਾ, ਸੇਵਾ ਕਰ ਰਿਹਾ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ।
ਹੋਰ ਸੁਣ ਲਓ, ਕੁਛ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ, ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ। ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ, ਔਰ ਕਈ ਦਫ਼ਾ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ, ਖੋਟਾ ਹੁੰਦਾ ਹੈ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ, ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ, ਇਹ ਚੁਣਾਓ ਕਰ। ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਵੇ, ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ, ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਆਂਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ, ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ ਕਰਦੇ ਹਾਂ। ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ, ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ, ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ, ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ, ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗਿਆ, ਕਾਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗਿਆ, ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ, ਪੂਰਾ ਸਾਵਧਾਨ ਆਉਂਦਾ ਹੈ, ਬੜਾ ਸਾਵਧਾਨ ਆਉਂਦਾ ਹੈ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ,
ਵਾਹਿਗੁਰੂ ਵਾਹਿਗੁਰੂ ਜਪਦਾ ਪਿਆ, ਕੋਈ ਸਾਵਧਾਨੀ ਨਹੀਂ। ਕੀਰਤਨ ਸੁਣਦਾ ਪਿਆ, ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤਾਂ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸਬਾਸਰ, ਕਿਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚ ਆਉਂਦਾ ਜਿਸ ਚੋਂ ਪ੍ਰਭਾਵਤ ਹੈ, ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਚੋਂ ਲਾਭ ਹੈ। ਅਗਰ ਬੁਰੇ ਕਰਮ ਵਿੱਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਵਿੱਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤਾਂ ਸ਼ੁਭ ਕਰਦੇ ਹਾਂ, ਨਹੀਂ ਤਾਂ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤਾਂ ਕਰਦੇ ਹਾਂ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ।